ਸੰਦੇਸ਼ ਤੋਂ ਬਾਅਦ ਵਾਪਸ ਪਰਤੇ ਹਾਂ। ਸੰਬੰਧਿਤ ਮੌਕਾ ਵੀ ਮੇਰੇ ਨਾਲ ਖਬਰਾਂ ਦਾ ਬੁਲੇਟਿਨ ਲੈ ਕੇ ਜੁੜ ਚੁੱਕੇ ਨੇ ਤੇ ਉਸ ਤੋਂ ਪਹਿਲਾਂ ਮੈਂ ਇੱਕ NGO ਦੀ ਗੱਲਬਾਤ ਕਰਾਂਗਾ। ਮਨੁੱਖਤਾ ਦੀ ਸੇਵਾ ਇਸ ਨਾਂ ਦੀ ਸੰਸਥਾ ਹੈ, ਇਹ ਇੱਕ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਇੱਕ ਦਿਨ ਹੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਇਹਨਾਂ ਦੇ ਬਾਰੇ ਚ ਦੇਖਣ ਨੂੰ ਮਿਲਿਆ ਕਿ ਕਿਸ ਤਰ੍ਹਾਂ ਕੁਛ ਨੌਜਵਾਨ ਰਲ ਕੇ ਮਨੁੱਖਤਾ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਅਤੇ ਇੱਕ ਚੰਗੀ ਜਿਹੜੀ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਉਹ ਨਾਨ ਪ੍ਰੋਫਿਟੇਬਲ ਹੈ ਤੇ ਉਹਨੂੰ ਚਲਾ ਰਹੇ ਨੇ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ ਜੁੜੇ ਨੇ, ਉਹਦਾ ਥੋੜਾ ਡਿਟੇਲ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਉਸ ਤੋਂ ਬਾਅਦ ਖਬਰਾਂ ਦਾ ਬੁਲੇਟਿਨ ਲਵਾਂਗਾ। ਇੱਕ ਦੋ ਸੁਣਾ ਗੁਰਪ੍ਰੀਤ ਸਿੰਘ, ਕਿਹੜੇ ਪਿੰਡ ਦੇ ਵਿੱਚ ਆਪਣੀ ਇਹ ਸੰਸਥਾ? ਬਾਰਨਾੜਾ ਪਿੰਡ ਹੈ ਜੀ, ਹੰਬੜਾ ਰੋਡ ਦੇ ਉੱਪਰ ਲੁਧਿਆਣੇ ਜੀ, ਹੈਬੋਵਾਲ ਦੇ ਨੀਅਰ ਬਾਏ ਹੈਬੋ। ਹੰਬੜਾ ਰੋਡ ਤੇ ਕਿਹੜਾ ਪਿੰਡ? ਬਾਰਨਾੜਾ ਜੀ, ਬਾਰਨਾੜਾ। ਅੱਛਾ, ਕਿੰਨੇ ਕੁ ਲੋਕਾਂ ਦੀ ਇੱਥੇ ਸੇਵਾ ਕਰਦੇ ਹੋ ਤੁਸੀਂ? ਸਾਡੇ ਕੋਲ ਜੀ 42 ਬੰਦੇ ਰਹਿੰਦੇ ਇਸ ਟਾਈਮ ਜੀ, ਤੇ ਹੁਣ ਤੱਕ ਅਸੀਂ 22 ਬੰਦੇ ਪਰਿਵਾਰ ਚ ਪਹੁੰਚਾ ਚੁੱਕੇ ਹਾਂ ਜਿਨ੍ਹਾਂ ਦਾ ਪਰਿਵਾਰ ਲੱਭ ਗਿਆ ਘਰਾਂ ਦੇ ਵਿੱਚ। ਜਿਵੇਂ ਸੋਸ਼ਲ ਮੀਡੀਆ ਰਾਹੀਂ ਅਸੀਂ ਸੜਕਾਂ ਤੋਂ ਬੰਦਿਆਂ ਨੂੰ ਚੱਕਦੇ ਹਾਂ, ਲਵਾਰਸ ਜਿਹੜੇ ਸੜਕਾਂ ਤੇ ਪਏ ਹੁੰਦੇ, ਬਹੁਤ ਮਾੜੀ ਕੰਡੀਸ਼ਨ। ਠੀਕ ਹੈ, ਨੰਬਰ ਕਿਹੜਾ ਦੇਣਾ ਜੀ ਕੋਈ ਕਿਸੇ ਦੇ ਤੁਹਾਡੇ ਨਾਲ ਗੱਲ ਕਰਨੀ ਹੈ? 9380300 ਹੈ ਜੀ, 9380300 71. ਠੀਕ ਹੈ ਜੀ, ਹੋਲਡ ਕਰੋ ਪਲੀਜ਼। ਖਬਰਾਂ ਦੇ ਬੁਲੇਟਿਨ ਤੋਂ ਪਹਿਲਾਂ ਮੇਰੇ ਨਾਲ ਇਸ ਸਮੇਂ ਗੁਰਪ੍ਰੀਤ ਸਿੰਘ, ਇਸ ਸਮੇਂ ਪੰਜਾਬ ਤੋਂ ਨੇ। ਮਨੁੱਖਤਾ ਦੀ ਸੇਵਾ ਨਾਂ ਦੀ ਇੱਕ ਸੰਸਥਾ ਇਹਨਾਂ ਵੱਲੋਂ ਚਲਾਈ ਜਾ ਰਹੀ ਹੈ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ, ਹੰਬੜਾ ਰੋਡ ਦੇ ਉੱਤੇ ਬਾਰਨਹਾੜਾ ਤਲਵਾੜਾ ਪਿੰਡ ਆ ਜਿਹੜਾ ਪੈਂਦਾ ਹੈ, ਉਸ ਏਰੀਏ ਦੇ ਵਿੱਚ ਇਹ ਕੰਮ ਕਰਦੇ ਨੇ ਤੇ ਇਹਨਾਂ ਦਾ ਵੱਖਰਾ ਹੀ ਇੱਕ ਨਵੇਕਲਾ ਜਿਹਾ ਢੰਗ ਹੈ ਲੋਕਾਂ ਦੀ ਸੇਵਾ ਕਰਨ ਦਾ, ਲੋਕਾਂ ਨੂੰ ਮੁੜ ਜ਼ਿੰਦਗੀ ਜਿਉਣ ਜੋਗੇ ਕਰਨ ਦਾ। ਸੋ ਉਹਦੇ ਲਈ ਗੁਰਪ੍ਰੀਤ ਸਿੰਘ ਦੇ ਨਾਲ ਕੁਛ ਮਿੰਟ ਗੱਲਾਂ ਬਾਤਾਂ ਕਰਾਂਗਾ। ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸਰ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਜੀ, ਬਹੁਤ ਬਹੁਤ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਇੰਨੇ ਹੋਰ ਵੀਰਾਂ ਤੱਕ ਜਾਂ ਭੈਣਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੀ। ਮੈਨੂੰ ਥੋੜੀ ਜਿਹੀ ਆਪਣੀ ਸੰਸਥਾ ਦੇ ਬਾਰੇ ਚ ਜਾਣਕਾਰੀ ਦਿਓ ਤਾਂ ਜੋ ਕਿ ਸੋਤੇ ਵੀ ਜਾਣ ਸਕਣ। ਇਹ ਜੀ ਸੰਸਥਾ ਸਾਡੀ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਬਾਰਨਹਾੜੇ ਪਿੰਡ ਹੰਬੜਾ ਰੋਡ ਦੇ ਉੱਪਰ ਇਸ ਟਾਈਮ ਚੱਲ ਰਹੀ ਹੈ ਜੀ। ਇਹ ਸੰਸਥਾ ਪਹਿਲਾਂ ਜਿੱਦਾਂ ਸ਼ੁਰੂ ਹੋਈ ਸੀ, ਅਸੀਂ 3-4 ਮੁੰਡਿਆਂ ਨੇ ਰਲ ਕੇ ਢਾਬਾ ਕਿਰਾਏ ਤੇ ਲਿਆ ਸੀ ਦਿੱਲੀ ਰੋਡ ਦੇ ਉੱਤੇ ਇੱਕ, ਤੇ ਉੱਥੇ ਢਾਬਾ ਅਸੀਂ ਰੈਨੋਵੇਟ ਕਰ ਰਹੇ ਸੀ। ਉੱਥੇ ਇੱਕ ਸਾਡੇ ਕੋਲ ਬੜਾ ਹੀ ਮਾੜੀ ਹਾਲਤ ਦੇ ਵਿੱਚ ਇੱਕ ਬਜ਼ੁਰਗ ਬੰਦਾ ਆਇਆ, 40 ਸਾਲ ਦੀ ਉਮਰ ਸੀ ਉਹਦੀ। ਉਹਦੀ ਹਾਲਤ ਇੰਨੀ ਮਾੜੀ ਸੀ ਕਿ ਜੂਨ ਦੇ ਮਹੀਨੇ ਦੇ ਵਿੱਚ ਗਰਮੀਆਂ 'ਚ ਪੂਰੀਆਂ 'ਚ ਉਹਦੇ ਕਰੀਬ ਤਰਪਾਲ ਵਰਗੇ ਮੋਟੇ ਕੱਪੜੇ ਪਾਏ ਸੀ, ਬਹੁਤ ਮਾੜੀ ਹਾਲਤ ਦੇ ਵਿੱਚ, ਨਹਾਤਾ ਨਹੀਂ ਸੀ ਲੱਗਦਾ ਜਿਵੇਂ 1 ਸਾਲ ਤੋਂ। ਤਾਂ ਅਸੀਂ ਉਹਨੂੰ ਕੋਲੇ ਬਿਠਾ ਲਿਆ, ਚਾਹ ਪਾਣੀ ਪਿਲਾਈ ਜੀ, ਪਰ ਚਾਹ ਪੀ ਨਹੀਂ ਹੋਈ। ਉਹਦੇ ਮੂੰਹ ਦੇ ਵਿੱਚ ਇੰਨੇ ਜ਼ਖਮ ਸੀ, ਹਾਈਡਰੇਟ ਹੋਇਆ ਹੋਇਆ ਸੀ, ਡੀਹਾਈਡਰੇਟ। ਅਸੀਂ ਉਹਨੂੰ ਨਹਾਉਣ ਦੀ ਬਾਰੇ ਸੋਚਿਆ ਸੀ, ਉਹਨੂੰ ਨਹਾਇਆ, ਨਹਾ ਕੇ ਉਹਦੇ ਨਵੇਂ ਕੱਪੜੇ ਪਾ ਕੇ ਮੈਂ ਉਹਦੀਆਂ 4 ਫੋਟੋਆਂ ਖਿੱਚ ਕੇ ਆਪਦੇ ਫੇਸਬੁੱਕ ਪੇਜ ਤੇ ਪਾ ਤੀਆਂ, ਜਿਹੜਾ ਕਿ ਮਨਪ੍ਰੀਤ ਸਿੰਘ ਮਿੰਟੂ ਮਾਲਵਾ ਦੇ ਨਾਂ ਤੇ ਬਣਿਆ ਸੀ। ਉੱਥੋਂ ਸਾਨੂੰ ਐਪਰੀਸ਼ੀਏਸ਼ਨ ਬਹੁਤ ਜ਼ਿਆਦਾ ਮਿਲੀ ਵੀਰਾਂ ਦੀ, ਭੈਣਾਂ ਦੀ। ਉੱਥੋਂ ਸਾਨੂੰ ਹੋਰ ਬੰਦਿਆਂ ਦੇ ਬਹੁਤ ਕਲੂ ਆਉਣ ਲੱਗ ਗਏ ਵੀ ਇੱਥੇ ਵੀ ਇੱਕ ਬੰਦਾ ਫਿਰਦਾ, ਇੱਥੇ ਵੀ ਇੱਕ ਬੰਦਾ ਫਿਰਦਾ। ਕੁਛ ਦਿਨ ਤਾਂ ਅਸੀਂ ਉਸ ਚੀਜ਼ ਨੂੰ ਇਗਨੋਰ ਕਰੀ ਗਏ, ਪਰ ਸਾਨੂੰ ਇੱਕ ਬੜਾ ਵਕਤ ਦਾ ਮਾਰਿਆ ਹੋਇਆ ਇਨਸਾਨ, ਕੇਸਰ ਸਿੰਘ ਧਾਲੀਵਾਲ ਨਾਂ ਦਾ ਬਜ਼ੁਰਗ ਆ, ਜ਼ਿਮੀਂਦਾਰ ਪਰਿਵਾਰ ਨੂੰ ਬਿਲੋਂਗ ਕਰਦਾ, ਚੌਂਕੀ ਮਾਨ ਪਿੰਡ ਤੋਂ। ਉੱਥੋਂ ਸਾਨੂੰ ਇੱਕ ਵੀਰ ਨੇ ਸੁਨੇਹਾ ਲਾਇਆ ਵੀ ਇੱਕ ਬਜ਼ੁਰਗ ਆ, ਉਹਦੇ ਕੀੜੇ ਪਏ ਹੋਏ ਲੱਤ ਦੇ ਵਿੱਚ, ਵੀ ਉਹਦਾ ਬੇਟਾ ਨਸ਼ਾ ਕਰਦਾ ਬਹੁਤ ਜ਼ਿਆਦਾ। ਉਹਨੇ ਉਹਦੀ ਘਰ ਦੇ ਜ਼ਮੀਨ ਭਾਂਡੇ ਤੱਕ ਸਰਾਣਿਆਂ ਦੇ ਵਿੱਚੋਂ ਰੂੰ ਤੱਕ ਕੱਢ ਕੇ ਵੇਚਤੀ ਆ, ਤੇ ਬੜੀ ਯਾਨੀ ਕਿ ਮਾੜੀ ਕੰਡੀਸ਼ਨ 'ਚ ਆ ਬਜ਼ੁਰਗ, ਵੀ ਉਹਦੀ ਹੈਲਪ ਕਰੋ ਤੁਸੀਂ। ਤਾਂ ਕੁਛ ਪੈਸੇ ਇਕੱਠੇ ਕਰਕੇ ਉੱਥੇ ਉਹਨਾਂ ਦੇ ਪਿੰਡ ਪਹੁੰਚੇ, ਤਾਂ ਜਿਹੜੇ ਵੀਰ ਨੇ ਸਾਨੂੰ ਫੋਨ ਕੀਤਾ ਸੀ ਉਹਨੇ ਵੀ ਸਾਹਮਣੇ ਆਉਣ ਤੋਂ ਮਨਾ ਕਰਤਾ ਵੀ ਮੇਰੀ ਪਿੰਡ 'ਚ ਪ੍ਰੋਬਲਮ ਆਊਗੀ। ਤਾਂ ਫਿਰ ਅਸੀਂ ਬਜ਼ੁਰਗ ਦੇ ਵਾਸਤੇ ਜਿਹੜੇ ਪੈਸੇ ਲੈ ਕੇ ਸਭ ਤੋਂ ਪਿੰਡ 'ਚ ਕਿਸੇ ਨੇ ਨਹੀਂ ਫੜੇ ਜੀ, ਅਸੀਂ ਬਜ਼ੁਰਗ ਨੂੰ ਨਾਲ ਲੈ ਆਏ ਢਾਬੇ 'ਚ ਰੱਖਿਆ। ਉਹਨਾਂ ਦੀ ਲੱਤ ਦੇ ਵਿੱਚ ਇੰਨੇ ਜ਼ਿਆਦਾ ਕੀੜੇ ਪਏ ਹੋਏ ਸੀਗੇ ਜੀ, ਉਹ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਬਸ ਸੱਚੇ ਪਾਤਸ਼ਾਹ ਨੇ ਡਿਊਟੀ ਲਾ ਤੀ, ਅਸੀਂ ਬਾਬਾ ਜੀ ਦੀ ਸੇਵਾ ਕਰਦੇ ਰਹੇ, ਲੱਤ ਤੋਂ ਕੀੜੇ ਕੱਢੀਆਂ। ਡਾਕਟਰ ਕਹਿੰਦੇ ਲੱਤ ਕੱਟਣੀ ਪਊਗੀ, ਪਰ ਅਸੀਂ ਪੱਟੀਆਂ ਕਰ ਕਰਕੇ ਟੋਰਪੀਨ ਦਾ ਤੇਲ ਪਾ ਪਾ ਕੇ ਉਹਦੇ ਵਿੱਚੋਂ ਕੀੜੇ ਕੱਢ ਕੱਢ ਕੇ ਇੱਕ ਉਹਨੂੰ ਸਾਫ਼ ਕਰਦੇ ਰਹੇ। ਬਾਬਾ ਜੀ ਅੱਜ ਸਾਡੇ ਕੋਲੇ ਰਹਿੰਦੇ ਆ, ਬਿਲਕੁਲ ਠੀਕ ਠਾਕ ਆ, ਲੱਤ ਵੀ ਬਚ ਗਈ, ਜ਼ਖਮ ਵੀ ਠੀਕ ਹੋ ਗਿਆ, ਜਿਹੜਾ ਕਿ ਘੱਟੋ ਘੱਟ 1.5 ਫੁੱਟ ਚੌੜਾ ਯਾਨੀ ਕਿ 6-7 ਇੰਚ ਲੰਬਾ ਚੌੜਾ ਸੀਗਾ ਉਹਨਾਂ ਦੇ ਉਹ ਜ਼ਖਮ। ਤੇ ਉਹ ਬਸ ਉਸ ਤੋਂ ਬਾਅਦ ਜੀ ਜਿਵੇਂ ਲੋਕਾਂ ਨੂੰ ਪਤਾ ਲੱਗੀ ਗਿਆ, ਅਸੀਂ ਫੇਸਬੁੱਕ ਤੇ ਉਹਨਾਂ ਨੇ ਵੀਡੀਓ ਵਗੈਰਾ ਸ਼ੇਅਰ ਕਰਦੇ ਰਹੇ, ਫਿਰ 1-2-4 ਇੱਦਾਂ ਕਰਦੇ ਕਰਦੇ ਸਾਡੇ ਕੋਲ ਢਾਬੇ ਤੇ 18-19 ਬੰਦੇ ਅਸੀਂ ਰੱਖ ਲਏ ਸੀ। ਢਾਬਾ ਸਾਡਾ ਕਾਫੀ ਵੱਡਾ ਸੀ ਜਿਹੜਾ ਰੈਂਟ 'ਚ ਲਿਆ ਹੋਇਆ ਸੀਗਾ, ਪਰ ਢਾਬੇ ਦੇ ਜਿਹੜਾ ਮਾਲਕ ਸੀਗਾ ਲੈਂਡਲੋਰਡ ਉਹਨੂੰ ਥੋੜੀ ਪ੍ਰੋਬਲਮ ਆਉਣ ਲੱਗ ਗਈ। ਉਹਨੂੰ ਇੱਦਾਂ ਲੱਗਿਆ ਵੀ ਸ਼ਾਇਦ ਇਹਨਾਂ ਨੇ ਜਾਣ ਬੁੱਝ ਕੇ ਇੱਦਾਂ ਦੀ ਇੱਥੇ ਸ਼ੁਰੂ ਕਰੀ ਆ ਇਹ ਇੰਕਰੋਚਮੈਂਟ ਕਰਨ ਦੀ ਖਾਤਰ। ਤਾਂ ਫਿਰ ਅਸੀਂ ਉੱਥੋਂ ਸ਼ਿਫਟ, ਸਾਡਾ ਵੀਰਿੰਦਰ ਗੜਿਆਲ ਭਰਾ ਵਾ ਸਾਡਾ ਛੋਟਾ, ਉਹਦੀ ਡੈਥ ਹੋ ਗਈ 16 ਤਰੀਕ ਨੂੰ, ਐਕਸੀਡੈਂਟ ਹੋ ਗਿਆ ਗੁਰੂ ਮਹਾਰਾਜ ਦੇ ਚਰਨਾਂ ਦੇ ਜਾਵਰਾ ਜੀ ਉਹਨਾਂ ਦੇ ਖੇਤ ਦੇ ਵਿੱਚ। ਉਹਨੇ ਵੀਰ ਨੇ ਸਾਡੇ ਨਾਲ ਬੜਾ ਵੱਡਾ ਉਪਰਾਲਾ ਸ਼ੁਰੂ ਕਰਵਾਇਆ ਮੋਢੇ ਨਾਲ ਮੋਢਾ ਜੋੜ ਕੇ,
ਓਹਦੇ ਖੇਤ ਦੇ ਵਿਚ ਵੀਰ ਦੇ ਅਸੀਂ ਆ ਕੇ ਇੱਕ ਸੰਸਥਾ ਬਣਾਈ ਆ ਜੀ, ਉੱਥੇ ਇੱਕ ਸ਼ੈੱਡ ਪਾ ਕੇ 40x40 ਦਾ, ਉੱਥੇ ਹੁਣ ਤਕਰੀਬਨ ਅਸੀਂ ਲਵਾਰ ਸੰਬੰਧਾ ਜਿਹੜਾ ਵੀ ਸਾਨੂੰ ਮਿਲਦਾ ਚੱਕ ਕੇ ਲੈ ਆਉਂਦੇ ਹਾਂ, ਤੇ ਜਿਹਦਾ ਪਰਿਵਾਰ ਸੋਸ਼ਲ ਮੀਡੀਆ ਰਾਹੀਂ ਮਿਲ ਜਾਂਦਾ ਉਹਨੂੰ ਪਰਿਵਾਰ ਚ ਪਹੁੰਚਦਾ ਕਰ ਦੇਈਦਾ, ਨਹੀਂ ਤਾਂ ਸਾਡੇ ਕੋਲ ਵੀਰ ਰਹਿੰਦੇ ਉਹਨਾਂ ਨੂੰ ਰੀਹੈਬਿਲਿਟ ਕਰ ਰਹੇ ਹਾਂ, ਠੀਕ ਹੋਣ ਦੇ ਵਿਚ ਉਹਨਾਂ ਦਾ ਪੂਰਾ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੈਲਪ ਕਰ ਰਹੇ ਹਾਂ ਜੀ। ਜਿਹੜੀ ਫਾਈਨੈਂਸ਼ੀਅਲ ਹੈਲਪ ਹੈ ਤੁਹਾਡੀ, ਮਦਦ ਹੈ, ਉਹ ਕਿੱਥੋਂ ਹੁੰਦੀ ਹੈ ਤੇ ਤੁਸੀਂ ਕਿਸ ਤਰ੍ਹਾਂ ਉਹਨੂੰ ਅਰੇਂਜ ਕਰਦੇ? 40-50 ਤੁਸੀਂ ਬੰਦੇ ਦੀ ਗੱਲ ਕੀਤੀ ਹੈ, ਕਾਫੀ ਵੱਡੀ ਗਿਣਤੀ ਹੋ ਜਾਂਦੀ ਹੈ ਤੇ ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਚਲਾਉਣ ਦੇ ਲਈ ਕਾਫੀ ਕੁਛ ਚਾਹੀਦਾ ਹੁੰਦਾ, ਤੇ ਇਹ ਵਸੀਲੇ ਕਿਸ ਤਰ੍ਹਾਂ ਇਕੱਠੇ ਕਰਦੇ ਹੋ? ਇਹ ਬੜਾ ਵਧੀਆ ਤੁਸੀਂ ਸਵਾਲ ਪੁੱਛਿਆ ਜੀ। ਮੈਂ ਤੁਹਾਨੂੰ ਦੱਸਦਾ, ਅਸੀਂ ਤਕਰੀਬਨ ਇਸ ਟਾਈਮ 20 ਬੰਦੇ ਸਾਡੇ ਨਾਲ ਮੁੰਡੇ ਹੈਗੇ ਆ ਜੀ, ਵਲੰਟੀਅਰ ਜਿਹੜੇ ਸਾਡੇ, ਅਸੀਂ ਕੰਮ ਕਰਦੇ ਹਾਂ, ਟੀਮ ਮੈਂਬਰ ਜਿਹੜੇ ਫਿਜ਼ੀਕਲੀ ਹੈਲਪ ਕਰਦੇ ਆ, ਤੇ 20 ਮੈਂਬਰ ਆ ਜੀ ਸਾਡੇ। ਹੈਲੋ, ਕੁਛ ਕਾਰਨਾਂ ਕਰਕੇ ਹੈਲੋ ਜਿਹੜੀ ਇਹ ਤੁਹਾਡੀ ਲਾਈਨ ਹੈ ਉਹ ਡਿਸਕਨੈਕਟ ਹੋ ਚੁੱਕੀ ਹੈ, ਦੁਬਾਰਾ ਫੇਰ ਗੱਲ ਹੋ ਰਹੀ ਹੈ ਸਾਨੂੰ ਬੁਲਾਉਣੀ। ਹੈਲੋ ਹੈਲੋ, ਹਾਂਜੀ ਹਾਂਜੀ ਜੀ, ਹਾਂਜੀ। ਤੇ ਸਰ ਜੀ, ਅਸੀਂ ਜਾਨੀ ਕਿ 20 ਦੇ ਕਰੀਬ ਤਾਂ ਮੈਂਬਰ ਆ ਜੀ, ਜਿਹੜੇ ਅਸੀਂ ਐਕਟਿਵ ਮੈਂਬਰ ਜਿਹੜੇ ਫਿਜ਼ੀਕਲੀ ਹੈਲਪ ਕਰਦੇ ਆ, ਤੇ 40 ਬੰਦੇ ਅਸੀਂ ਏਦਾਂ ਜਿਹੜੇ ਸਾਡੇ, ਅਸੀਂ ਪਹਿਲਾਂ ਰੀਅਲ ਸਟੇਟ ਦਾ ਕੰਮ ਕਰਦੇ ਸੀਗੇ ਜੀ, ਉਹਨਾਂ ਵੀਰਾਂ ਨੂੰ ਅਸੀਂ ਹੈਲਪ ਲਈ ਨਾਲ ਲਿਆਂਦਾ ਸੀ। 40 ਮੈਂਬਰ ਆ ਜੀ, ਜਿਹੜੇ 5,000 ਰੁਪਇਆ ਪਰ ਮੰਥਲੀ ਅਸੀਂ ਹਰੇਕ ਬੰਦਾ ਪਾਉਂਦੇ ਹਾਂ ਜੀ, ਇਹਦੇ ਵਾਸਤੇ ਇਕੱਠੇ ਕਰਦੇ ਹਾਂ ਸੰਸਥਾ ਵਾਸਤੇ। ਕੋਈ ਵੀਰ 10 ਵੀ ਦੇ ਦਿੰਦਾ, ਕੋਈ 15 ਵੀ ਦੇ ਦਿੰਦਾ, ਯਾਨੀ ਕਿ ਸਾਡੇ ਕੋਲ ਕਰੀਬ 5-5.5 ਲੱਖ ਰੁਪਇਆ ਮੰਥਲੀ ਇਕੱਠਾ ਹੋ ਜਾਂਦਾ ਜੀ। ਅਸੀਂ ਉਹਦੇ ਨਾਲ ਸਾਰੇ ਵੀਰਾਂ ਦਾ ਇਲਾਜ ਕਰਾਉਂਦੇ ਹਾਂ। ਕੋਈ ਚੂਲੇ ਟੁੱਟੇ ਵਾਲਾ ਵੀਰ ਆ, ਕਿਸੇ ਦੀ ਲੱਤ ਟੁੱਟੀ ਆ, ਕਿਸੇ ਦੇ ਸਿਰ ਦੇ ਵਿੱਚ ਕੀੜੇ ਪਏ, ਕਿਸੇ ਦੀ ਲੱਤ 'ਚ, ਉਹਨਾਂ ਦੇ ਅਪਰੇਟ ਲੁਧਿਆਣੇ ਸਾਡੇ ਦੀਪਕ ਹੋਸਪਿਟਲ ਆ ਜਾਂ DMC ਜਿੱਦਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੋਵੇ, ਉਦਾਂ ਦੇ ਹੋਸਪਿਟਲਾਂ ਦੇ ਵਿੱਚ ਅਸੀਂ ਉਹਨਾਂ ਦੇ ਟ੍ਰੀਟਮੈਂਟ ਕਰਵਾਉਂਦੇ ਹਾਂ। ਸੋ ਮੈਂ ਆਪਣੇ ਸੋਚਾਂ ਨੂੰ ਇੱਕ ਵਾਰ ਫੇਰ ਦੱਸਦਾ ਜੀ ਕਿ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਕਰਕੇ ਇਹਨਾਂ ਦਾ ਫੇਸਬੁੱਕ ਪੇਜ ਹੈ, ਤੁਸੀਂ ਉਸ ਦੇ ਉੱਤੇ ਜਾ ਕੇ ਇਹਨਾਂ ਦਾ ਕੀਤਾ ਹੋਇਆ ਕੰਮ ਆ ਉਹ ਵੀ ਦੇਖ ਸਕਦੇ ਹੋ। ਗੁਰਪ੍ਰੀਤ ਸਿੰਘ ਮਿੰਟੂ MINTU MALWA ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਇਸ ਪੇਜ ਉੱਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਸੋਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ ਗੱਲ ਨੂੰ, ਇਹ ਮੇਰਾ ਪਰਸਨਲ ਨਾਮ ਤੇ ਜੀ ਮੇਰੀ ID ਆ ਜਾਂ ਪੇਜ ਆ, ਜਿਹੜਾ ਅਸੀਂ ਸੇਵਾ ਵਾਲਾ ਸਾਡਾ ਪੇਜ ਆ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਨਾਮ ਤੇ ਆ ਉਹ। ਪੰਜਾਬੀ ਚ ਸਰਚ ਕਰੋਗੇ ਜਾਂ ਇੰਗਲਿਸ਼ ਦੇ ਵਿੱਚ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੀ, ਉਹ ਸਾਡੀ ਟੀਮ ਦਾ ਪੇਜ ਆ, ਸਾਡੀ ਸੰਸਥਾ ਦਾ। ਉਹਦੇ ਚ ਅਸੀਂ ਪੂਰਾ ਨਾਮ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਇਹ ਪੇਜ ਹੈ ਤੁਹਾਡਾ? ਜੀ ਜੀ, ਇਹਦੇ ਉੱਤੇ ਅਸੀਂ ਹਰ ਡਿਟੇਲ। ਲੌਂਗ ਟਰਮ ਵਿਜ਼ਨ ਕੀ ਹੈ ਤੁਹਾਡਾ? ਲੌਂਗ ਟਰਮ ਮਿਸ਼ਨ ਕੀ ਹੈ, ਵਿਜ਼ਨ ਕੀ ਹੈ, ਕਿਸ ਪਾਸੇ ਤੱਕ, ਕਿੱਥੇ, ਕਿਸ ਹੱਦ ਤੱਕ ਜਾਣਾ ਚਾਹੁੰਦੇ ਹੋ? ਸਰ ਜੀ, ਲੌਂਗ ਟਰਮ ਵਿਜ਼ਨ ਤਾਂ ਜਦੋਂ ਸ਼ੁਰੂ ਕੀਤਾ ਉਦੋਂ ਵੀ ਨਹੀਂ ਸੋਚਿਆ ਸੀ ਸਰ, ਹੁਣ ਵੀ ਅਸੀਂ, ਸਾਡਾ ਜਿਹੜਾ ਏਮ ਆ ਇੱਕੋ ਹੀ ਆ ਵੀ ਜਿਹੜਾ ਸੜਕਾਂ ਤੇ ਰੁਲ ਰਿਹਾ ਲਵਾਰਿਸ ਬੰਦੇ, ਜਿਹਨਾਂ ਨੂੰ ਨਾ ਤਾਂ ਸਰਕਾਰ ਪੁੱਛਦੀ ਆ ਤੇ ਨਾ ਕੋਈ ਸੰਸਥਾਵਾਂ ਸੜਕਾਂ ਦੇ ਉੱਤੇ, ਇਸ ਤਰੀਕੇ ਇਹਨਾਂ ਹਾਲਤਾਂ ਦੇ ਵਿੱਚ ਬੰਦੇ ਪਏ ਆ, ਅਸੀਂ ਜਿਹੜੇ ਚੱਕ ਕੇ ਲੈ ਕੇ ਆਉਂਦੇ, ਤੁਸੀਂ ਸਾਡੇ ਪੇਜ ਤੇ ਵਿਜ਼ਿਟ ਕਰੋਗੇ ਤਾਂ ਦੇਖ ਸਕਦੇ ਹੋ ਵੀ ਕੀੜੇ ਦੀ ਤਰ੍ਹਾਂ ਜ਼ਿੰਦਗੀ ਬੰਦਿਆਂ ਦੀ ਨਿਕਲ ਰਹੀ ਆ ਜੀ। ਕੀੜੇ ਜਾਨਵਰਾਂ ਤੋਂ ਵੀ ਭੈੜੀ ਹਾਲਤ ਆ, ਜੇ ਕੋਈ ਬੰਦਾ ਸੜਕ ਤੇ ਪਿਆ ਮਰਨ ਦੀ ਹਾਲਤ ਦੇ ਵਿੱਚ, ਲੋਕ ਉਹਨੂੰ ਕੋਈ 10 ਰੁਪਏ ਸਿੱਟ ਰਿਹਾ, ਕੋਈ ਰੋਟੀ ਸਿੱਟ ਰਿਹਾ, ਕੋਈ ਕੇਲੇ ਸਿੱਟ ਰਿਹਾ, ਪਰ ਉਹਨੂੰ ਇਲਾਜ ਕੋਈ ਨਹੀਂ ਕਰਵਾ ਰਿਹਾ, ਸਾਡੀ ਸੰਸਥਾ ਉਹਨਾਂ ਨੂੰ ਉਸ ਟਾਈਮ ਇਲਾਜ ਕਰਵਾਉਂਦੇ ਆ ਜਦੋਂ ਉਹ ਸਭ ਤੋਂ ਕ੍ਰਿਟੀਕਲ ਸਟੇਜ ਤੇ ਹੁੰਦੇ ਆ, ਨਹੀਂ ਤਾਂ ਸਰਕਾਰਾਂ ਜਾਂ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਗੱਡੀਆਂ ਉੱਤੇ ਇੱਦਾਂ ਘੁੰਮਦੀਆਂ ਰਹਿੰਦੀਆਂ ਵੀ ਜਦੋਂ ਮਰ ਜਾਂਦੇ ਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਚੱਕ ਕੇ ਸਰਕਾਰ ਲਈ ਲੈ ਕੇ ਜਾਂਦੇ ਆ, ਉਸ ਤੋਂ ਪਹਿਲਾਂ ਕੋਈ ਉਹਨਾਂ ਨੂੰ ਚੱਕਦਾ ਨੀਗਾ। ਤੇ ਸਾਡਾ ਬਸ ਇਹੀ ਏਮ ਆ ਜੀ ਵੀ ਜਿਹੜਾ ਸੜਕਾਂ ਤੇ ਰੁਲ ਰਹੀ ਇਨਸਾਨੀਅਤ ਆ, ਸਾਡੇ ਭਰਾ, ਸਾਡਾ ਖੂਨ ਦਾ ਰੰਗ ਵੀ ਇੱਕ ਆ ਤੇ ਸਾਡਾ ਇਨਸਾਨੀਅਤ ਦਾ ਸਭ ਤੋਂ ਵੱਡਾ ਰਿਸ਼ਤਾ ਇੱਕ ਆ, ਤੇ ਉਹਨਾਂ ਨੂੰ ਉਹਨਾਂ ਹਾਲਾਤਾਂ ਦੇ ਵਿੱਚ ਚੱਕ ਕੇ ਉਹਨਾਂ ਨੂੰ ਹੋਸਪਿਟਲਾਂ ਦੇ ਵਿੱਚ ਅਸੀਂ ਜਿਹੜੇ ਵੀ ਹੋਸਪਿਟਲ ਜਿੱਦਾਂ ਦੀ ਰਿਕੁਆਇਰਮੈਂਟ ਹੁੰਦੀ ਆ ਦਾਖਲ ਕਰਵਾ ਕੇ ਅਸੀਂ ਉਹਨਾਂ ਦਾ ਇਲਾਜ ਕਰਵਾਉਣਾ ਚਾਹੁੰਦੇ ਹਾਂ ਵੀ ਕੋਈ ਬੰਦਾ ਸੜਕਾਂ ਦੇ ਨਾ ਰੋਲੇ, ਸਰਕਾਰ ਵੀ ਇਹਦੇ ਵਿੱਚ ਕੋਈ ਨਾ ਕੋਈ ਏਦਾਂ ਦਾ ਕੋਈ ਐਕਟ ਲਿਆਵੇ ਜਿਹੜੇ ਵਿਚਾਰੇ ਜਿਹਨਾਂ ਦੀ ਨਾ ਵੋਟ ਆ ਨਾ ਸਪੋਰਟ ਆ, ਘੱਟੋ ਘੱਟ ਉਹਨਾਂ ਦੇ ਵਿੱਚ ਜਾਨ ਤਾਂ ਹੈ, ਇਨਸਾਨ ਤਾਂ ਹੈ, ਉਹਨਾਂ ਨੂੰ ਹੈਲਪ ਕੀਤੀ ਜਾਵੇ ਜੀ, ਉਹ ਬੰਦੇ ਏਦਾਂ ਨਾ ਰੋਲਣ ਜੀ। ਕਿਉਂਕਿ ਸਾਡਾ ਤੁਸੀਂ ਪੇਜ ਵਿਜ਼ਿਟ ਕਰੋਗੇ ਤੁਸੀਂ ਦੇਖੋਗੇ ਵੀ ਇੰਨੀ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਬੰਦੇ ਸਾਨੂੰ ਮਿਲਦੇ ਆ ਜੀ, ਕੋਈ ਹਰਿਮੰਦਰ ਸਾਹਿਬ ਤੋਂ ਲਿਆਂਦੇ ਹੋਏ ਬੰਦੇ, ਕੋਈ ਅਨੰਦਪੁਰ ਸਾਹਿਬ ਤੋਂ, ਕੋਈ ਨਾਨਕਸਰ ਸਾਹਿਬ ਤੋਂ, ਯਾਨੀ ਕਿ ਧਾਰਮਿਕ ਸਥਾਨਾਂ ਦੇ ਉੱਤੇ ਬਜ਼ੁਰਗ ਬੰਦੇ ਰਹਿ ਰਹੇ ਆ, ਕੀੜੇ ਪਏ ਹੋਏ ਬੰਦਿਆਂ ਦੇ, ਇੱਕ ਬਜ਼ੁਰਗ ਸਾਡੇ ਕੋਲ ਰਹਿ ਰਿਹਾ, ਉਹਨਾਂ ਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਸੀ, ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸੌਂਦੇ ਸੀ, ਪਰ ਉਹਨਾਂ ਨੂੰ ਕਿਸੇ ਨੇ ਪੁੱਛਿਆ ਨੀ ਸਾਡੀ ਸੰਸਥਾ ਇਸ ਗੱਲ ਦਾ, ਅਸੀਂ ਉਹ ਨੀ ਕਹਿੰਦੇ ਵੀ ਅਸੀਂ ਵੀ ਕਰ ਸਕਦੇ, ਪਰ ਸੱਚੇ ਪਾਤਸ਼ਾਹ ਨੇ ਸਾਡੀ ਡਿਊਟੀ ਲਾਈ, ਉੱਥੋਂ ਵੀਰਾਂ ਨੇ ਉਹਨਾਂ ਨੂੰ ਦੇਖਿਆ ਜਿਹੜੇ ਸੇਵਾ ਕਰਦੇ ਸੀ ਉਹ ਸਾਡੇ ਕੋਲੇ ਪਹੁੰਚਾਇਆ, ਤੇ ਬਾਬਾ ਜੀ ਅੱਜ ਸਾਡੇ ਨਾਲ ਸੇਵਾ ਕਰਾਉਂਦੇ ਆ, ਠੀਕ ਹੈ। ਇੱਦਾਂ ਇੱਕ ਅਨੰਦਪੁਰ ਸਾਹਿਬ ਤੋਂ ਬਾਬਾ ਜੀ ਆਏ ਹੋਏ ਆ, ਉਹ ਨੈਣਾ ਦੇਵੀ ਗਏ ਸੀ ਉੱਪਰ ਸੇਵਾ ਕਰਵਾਉਣ, ਉੱਪਰ ਉਹਨਾਂ ਦਾ ਐਕਸੀਡੈਂਟ ਹੋ ਗਿਆ, ਇੱਕ ਲੱਤ ਵੱਢੀ ਗਈ, ਇੱਕ ਲੱਤ 'ਚ ਕੀੜੇ ਪੈ ਗਏ, ਉਹਨਾਂ ਦੇ
ਉਸੇ ਹਾਲਤ ਚ ਪਏ ਰਹੇ। ਕਿਸੇ ਨੇ ਉਹਨਾਂ ਨੂੰ ਪੁੱਛਿਆ ਨੀਗਾ ਜੀ, ਤੇ ਇੱਥੇ ਸਾਡੀ ਸੰਸਥਾ ਨੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹਨਾਂ ਦਾ ਇਲਾਜ ਕਰਵਾਇਆ, ਸਾਡੇ ਕੋਲ ਹੀ ਰਹਿ ਰਹੇ ਆ। ਇਵੇਂ ਇੱਕ ਨਾਨਕਸਰ ਸਾਡੇ ਜਗਰਾਓਂ ਦੇ ਕੋਲ ਕਲੇਰਾ ਨਾਨਕਸਰ, ਉੱਥੇ ਇੱਕ ਬਜ਼ੁਰਗ ਪਿਛਲੇ 8 ਸਾਲਾਂ ਤੋਂ ਰਹਿ ਰਹੇ ਸੀਗੇ। ਜਦ ਉਹ ਗਏ ਸੀ ਨਾਨਕਸਰ ਸੇਵਾ ਕਰਾਉਣ ਦੇ ਲਈ, ਉਹਨਾਂ ਦੀਆਂ ਦੋਨੋਂ ਅੱਖਾਂ ਠੀਕ ਸੀ ਤੇ ਲੱਤ ਦੇ ਵਿੱਚ ਜ਼ਖਮ ਸੀ ਇੱਕ ਛੋਟਾ ਜਿਹਾ, ਤੇ ਪਰ ਉਹ ਲੱਤ ਦਾ ਜ਼ਖਮ ਠੀਕ ਨਹੀਂ ਹੋਇਆ। ਕਿਸੇ ਹੋਸਪਿਟਲ ਦੇ ਵਿੱਚ ਉਹਨਾਂ ਨੂੰ 8 ਸਾਲਾਂ 'ਚ ਇੱਕ ਵਾਰੀ ਵੀ ਐਡਮਿਟ ਨਹੀਂ ਕਰਾਇਆ ਗਿਆ। ਪਹਿਲਾਂ ਉਹਨਾਂ ਦੀ ਇੱਕ ਅੱਖ ਦੇ ਵਿੱਚ ਮੱਛਰ ਪੈ ਗਿਆ, ਕੋਈ ਜ਼ਹਿਰੀਲਾ, ਉਹਨਾਂ ਦੀ ਇੱਕ ਅੱਖ ਖਤਮ ਹੋ ਗਈ, ਉਹਦਾ ਕੋਈ ਟ੍ਰੀਟਮੈਂਟ ਨਹੀਂ ਕਰਾਇਆ। ਹੁਣ ਉਹਨਾਂ ਦੀ ਦੂਸਰੀ ਅੱਖ ਦੇ ਵਿੱਚ ਕੋਈ ਰੜਕ ਪੈ ਰਹੀ ਸੀ, ਉਹਨਾਂ ਨੇ ਆਪਦੇ ਜਿਹੜੇ ਸੀਨੀਅਰ ਬਾਬਾ ਜੀ ਸੀਗੇ ਸਤਨਾਮ ਸਿੰਘ ਜੀ, ਉਹਨਾਂ ਨੂੰ ਕਿਹਾ ਵੀ ਮੇਰੇ ਅੱਖ ਦੇ ਵਿੱਚ ਰੜਕ ਪੈ ਰਹੀ ਹੈ। ਉਹਨਾਂ ਨੇ ਨਾਲ ਦੇ ਇੱਕ ਜਿਹੜਾ ਬਾਬਾ ਸੀ ਉਹਦੇ ਰੂਮ ਦੇ ਵਿੱਚੋਂ ਚੱਕ ਕੇ ਦਵਾਈ ਉਹਨਾਂ ਨੂੰ ਅੱਖ 'ਚ ਪਾਉਣ ਲਈ ਦੇਤੀ, ਤਾਂ ਉਹਨਾਂ ਨੇ ਅੱਖ 'ਚ ਪਾਈ ਤਾਂ ਉਹ ਬਿਲਕੁਲ ਹੀ ਬਲਾਇੰਡ ਹੋ ਗਏ, ਉਹਨਾਂ ਦੀ ਅੱਖ ਦੂਸਰੀ ਵੀ ਡੈਮੇਜ ਹੋ ਗਈ। ਤੇ ਆਪਦੇ ਲੱਤ ਦੇ ਉੱਪਰ ਉਹ ਖੁਦ ਆਪਣੇ ਆਪ ਫਰਨੈਲ ਦੀ ਪੱਟੀ ਕਰਦੇ ਸੀ, ਜਿਹੜੀ ਪੋਚੇ ਲਾਏ ਜਾਂਦੇ ਜਿਹੜੀ ਫਰਨੈਲ ਦੇ ਨਾਲ, ਤੇ ਉਹ ਵੀ ਜਿਹੜੇ ਗੰਦੇ ਕੱਪੜੇ ਜਿਹੜੇ ਫਟੇ ਹੋਏ ਪੁਰਾਣੇ ਕੱਪੜੇ ਚੱਕ ਕੇ, ਤੇ ਬਾਬਾ ਜੀ ਲੱਤ 'ਚ ਕੀੜੇ ਪੈ ਚੁੱਕੇ ਸੀਗੇ। ਉੱਥੋਂ ਕਿਸੇ ਸੇਵਾਦਾਰਾਂ ਨੇ ਸਾਨੂੰ ਫੋਨ ਕੀਤਾ, ਤਾਂ ਅਸੀਂ ਬਾਬਿਆਂ ਸਤਨਾਮ ਸਿੰਘ ਜੀ ਉਹਨਾਂ ਦੀ ਪਰਮਿਸ਼ਨ ਲੈ ਕੇ ਉੱਥੋਂ ਉਹਨਾਂ ਨੂੰ ਲੈ ਕੇ ਆਏ ਹਾਂ। ਹੁਣ ਆਪਰੇਸ਼ਨ ਕਰਵਾਇਆ ਲੱਤ ਦਾ ਉਹਨਾਂ ਦੀ, ਦਾ ਤੇ ਉੱਪਰ ਗਰੂਟਿੰਗ ਕਰਕੇ ਉੱਪਰੋਂ ਪੱਟ 'ਚ ਮਾਸਕ ਕੱਢ ਕੇ ਲੱਤ ਦੇ ਉੱਪਰ ਲਗਾਇਆ ਉਹਨਾਂ ਦਾ, ਹੁਣ ਅੱਖਾਂ ਦਾ ਆਪਰੇਸ਼ਨ ਹੋਣਾ। ਦੇਖੋ ਇੰਨੀ ਮਾੜੀ ਗੱਲ ਆ, ਬਾਬਾ ਜੀ ਦਾ ਅੱਜ ਤੋਂ 1 ਸਾਲ ਪਹਿਲਾਂ ਆਪਰੇਸ਼ਨ ਹੋ ਸਕਦਾ ਸੀ ਅੱਖ ਦਾ, ਪਰ ਅੱਜ ਡਾਕਟਰਾਂ ਨੇ ਉਹ ਵੀ ਜਵਾਬ ਦਿੱਤਾ ਵੀ ਆਪਰੇਸ਼ਨ ਵੀ ਨਹੀਂ ਹੋ ਸਕਦਾ, ਉਹਦੀ ਵੀ ਆਪਸ਼ਨ ਖਤਮ ਹੋ ਗਈ ਆ, ਉਹ ਲਾਈਫ ਦੇ ਵਿੱਚ ਕਦੇ ਦੇਖ ਨਹੀਂ ਸਕਦੇ ਕਹਿੰਦੇ। ਜੀ ਗੁਪੀ ਜੀ, ਆਪਾਂ ਫੇਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਇਹ ਇਹਨਾਂ ਦਾ ਫੇਸਬੁੱਕ ਪੇਜ, ਤੇ ਗੁਰਪ੍ਰੀਤ ਸਿੰਘ ਮਾਲਵਾ ਇਸ ਸਮੇਂ ਮੇਰੇ ਨਾਲ ਮੁਖਾਤਬ, ਔਰ ਇਹ ਜੋ ਇੱਕ ਨਵੇਕਲੇ ਤਰ੍ਹਾਂ ਦਾ ਕੰਮ ਇਹਨਾਂ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ, ਉਸ ਨੂੰ ਆਪਣੇ ਇੱਥੋਂ ਦੇ ਟੋਰਾਂਟੋ ਦੇ ਸੋਟੇ ਦੇ ਨਾਲ ਉਸਦੀ ਜਾਣ ਪਹਿਚਾਣ ਕਰਾਉਣ ਦੇ ਲਈ ਇਹਨਾਂ ਨੂੰ ਅੱਜ ਤੁਹਾਡੇ ਰੂਬਰੂ ਕੀਤਾ ਹੈ। ਮੈਂ ਇਹਨਾਂ ਦਾ ਨੰਬਰ ਦੇ ਦਿੰਦਾ, 97-800-0071। ਤੁਸੀਂ ਦੱਸੋ ਜੀ, ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇੰਡੀਆ ਦਾ ਨੰਬਰ ਜਿਹੜਾ ਅਨਾਊਂਸ ਕਰਦੇ ਹੋ, 97 ਨੰਬਰ ਦੇ ਦਿਓ। ਹਾਂਜੀ, 97-800-0071 ਆ ਜੀ ਸਾਡਾ ਨੰਬਰ, ਇਹ ਪੇਜ ਦੇ ਉੱਪਰ ਵੀ ਉੱਤਰ ਸਾਡੇ ਨਾਲ ਉਮੀਦ, ਜਿਹੜੇ ਵੀ ਵੀਰ ਕੋਈ ਵੀ ਭੈਣ ਭਰਾ ਸਾਡੇ ਨਾਲ ਸੰਪਰਕ ਕਰ ਸਕਦੇ ਆ। ਅਸੀਂ ਕਿਸੇ ਜਿਹੜੇ ਡੋਨੇਸ਼ਨ ਲਈ ਜ਼ਰੂਰ ਨਹੀਂ ਕਹਿ ਰਹੇ, ਸਾਨੂੰ ਸਿਰਫ ਇੱਕ ਅਵੇਅਰਨੈਸ ਦੀ ਲੋੜ ਆ। ਸਾਡੇ ਨਾਲ ਹੁਣ ਕਾਫੀ ਟੀਮਾਂ ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ ਤੋਂ ਟੀਮਾਂ ਸਾਡੇ ਨਾਲ ਵੀਰ ਜੁੜ ਗਏ ਆ, ਜਿਹੜੇ ਵੀਰ ਏਦਾਂ ਸਾਡੇ ਵਾਂਗੂ ਸੇਵਾ ਉਹਨਾਂ ਨੇ ਸ਼ੁਰੂ ਕੀਤੀ। ਅਸੀਂ ਚਾਹੁੰਦੇ ਵੀ ਹਰ ਬੰਦਾ ਅਵੇਅਰ ਹੋਵੇ, ਇਨਸਾਨੀਅਤ ਦਾ ਮੁੱਲ ਆ ਜਿਹੜਾ ਉਹਦਾ ਕੋਈ ਕੀਮਤ ਨਹੀਂ ਹੈਗੀ ਜੀ। ਉਹਨਾਂ ਨੂੰ ਘੱਟੋ ਘੱਟ ਇਨਸਾਨ ਨੂੰ ਜਿਉਣ ਦੀ ਖਾਤਰ ਜਿਹੜੀ ਚੀਜ਼ ਦੀ ਲੋੜ ਹੈ, ਇੱਕ ਸਿੰਪਤੀ, ਪਿਆਰ, ਤੇ ਉਹਨਾਂ ਦੇ ਵਿੱਚ ਭਾਈਚਾਰਕ ਸਾਂਝ ਦੀ, ਉਹ ਸਭ ਤੋਂ ਜ਼ਰੂਰੀ ਚਾਹੀਦੀ ਹੈ ਜੀ, ਉਹ ਮਿਲੇ ਜੀ ਉਹਨਾਂ ਨੂੰ। ਅਸੀਂ ਇਹੀ ਹੱਥ ਜੋੜ ਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਹਾਂ, ਜਿਹੜੇ ਬਾਹਰ ਬੈਠੇ ਆ ਉਹ ਵੀ ਜਦ ਇੰਡੀਆ ਆਉਂਦੇ ਆ, ਤਾਂ ਜੇ ਉਹਨਾਂ ਨੂੰ ਕੋਈ ਬੰਦਾ ਏਦਾਂ ਦੀ ਹਾਲਤ ਦੇ ਵਿੱਚ ਕਿਤੇ ਪਿਆ ਮਿਲਦਾ, ਤਾਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਵੀ ਉਹਨਾਂ ਦੀ ਹੈਲਪ ਕਰਿਆ ਕਰੋ ਜੀ। ਉਹਨਾਂ ਦਾ ਇਲਾਜ ਦੇ ਵਿੱਚ ਜਾਂ ਉਹਨਾਂ ਨੂੰ ਨਵਾਉਣ ਧਵਾਉਣ ਕੱਪੜੇ ਪਾਉਣ ਦੇ ਵਿੱਚ ਜਾਂ ਉਹਨਾਂ ਦਾ ਪਰਿਵਾਰ ਲੱਭਣ ਦੇ ਵਿੱਚ, ਕਿਉਂਕਿ ਇਕੱਲੀ ਸਾਡੀ ਟੀਮ ਇਹ ਸਾਰਾ ਕੁਛ ਨਹੀਂ ਕਰ ਸਕਦੀ, ਸਾਰੇ ਵੀਰ ਭੈਣ ਰਲ ਕੇ ਹੀ ਆਪਾਂ ਇਹ ਕੰਪਲਾ ਮਾਰ ਸਕਦੇ ਹਾਂ, ਇਹੀ ਸਾਡੀ ਬੇਨਤੀ ਹੈ ਜੀ। ਥੈਂਕ ਯੂ ਗੁਰਪ੍ਰੀਤ ਜੀ, ਥੈਂਕ ਯੂ ਸੋ ਮਚ, ਔਰ ਨੰਬਰ ਮੈਂ ਇਹਨਾਂ ਦਾ ਇੱਕ ਵਾਰੀ ਫਿਰ ਰਿਪੀਟ ਕਰ ਦੂੰਗਾ, 97-800-0071, 97-800-0071। ਮਨੁੱਖਤਾ ਦੀ ਸੇਵਾ, MANUKHTA, ਮਨੁੱਖਤਾ, MANUKHTA, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪੇਜ, ਅਤੇ ਜਾਂ ਫਿਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਇਸ ਪੇਜ ਉੱਤੇ ਜਾ ਕੇ ਤੁਸੀਂ ਹੋਰ ਇਨਫੋਰਮੇਸ਼ਨ ਆ ਜਿਹੜੀ ਉਹ ਲੈ ਸਕਦੇ ਹੋ। ਅਗਰ ਕਿਸੇ ਵੀ ਤਰ੍ਹਾਂ ਦੀ ਹੌਸਪਿਟਲ ਇਹਨਾਂ ਦੀ ਕਰਨੀ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਕਰਨੀ ਹੈ, ਤਾਂ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਟ ਅਸੀਂ ਸ਼ਲਾਘਾ ਕਰਦੇ ਹਾਂ ਇਹਨਾਂ ਵੀਰਾਂ ਦੇ ਇਸ ਕੰਮ ਦੀ, ਜਿਸ ਤਰ੍ਹਾਂ ਦੀ ਮਨੁੱਖਤਾ ਦੀ ਸੇਵਾ ਦੇ ਵਿੱਚ ਜੁੜੇ ਹੋਏ ਨੇ। ਥੈਂਕ ਯੂ ਸੋ ਮਚ ਗੁਰਪ੍ਰੀਤ ਜੀ। ਥੈਂਕ ਯੂ ਸਰ, ਥੈਂਕ ਯੂ ਤੁਹਾਡਾ ਬਹੁਤ ਬਹੁਤ, ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜੀ, ਜਿਹੜਾ ਸਾਡੇ ਵਰਗੇ ਇੱਕ ਨਵਾਣੇ ਜਿਹੇ ਬੰਦਿਆਂ ਨੂੰ ਦੀ ਆਵਾਜ਼ ਇਸ ਜਗ੍ਹਾ ਤੇ ਬੁਲੰਦ ਕੀਤੀ ਆ। ਥੈਂਕ ਯੂ, ਥੈਂਕ ਯੂ ਵੈਰੀ ਮਚ ਜੀ।